ਪੰਜਾਬ ਸਕਾਲਰਸ਼ਿਪ ਅਪਲਾਈ ਕਰ ਰਹੇ ਸਟੂਡੈਂਟ ਲਈ ਸਭ ਲਈ ਜ਼ਰੂਰੀ ਸੂਚਨਾ ਹੈ ਦੋਸਤੋ ਜਿਹੜੇ ਬੱਚੇ ਇੱਥੇ ਪੰਜਾਬ ਸਕਾਲਰਸ਼ਿਪ ਨੂੰ ਅਪਲਾਈ ਕਰ ਰਹੇ ਹਨ ਉਹ ਧਿਆਨ ਨਾਲ ਇਸ ਗੱਲ ਨੂੰ ਸੁਣ ਰਹਿਣ ਦੋਸਤੋ ਇਹ ਅਪਡੇਟ ਸਭ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਦੋਸਤੋ ਤੁਹਾਨੂੰ ਦੱਸਦੀ ਹੈ ਜਿਹੜੀ ਤੁਸੀਂ ਸਕਾਲਰਸ਼ਿਪ ਅਪਲਾਈ ਕਰ ਰਹੇ ਹੋ ਜਿਵੇਂ ਦੋਸਤੋ ਤੁਹਾਨੂੰ ਇੱਥੇ ਕੱਲ ਰਜਿਸਟ੍ਰੇਸ਼ਨ ਦਾ ਆਪਸ਼ਨ ਦਿਖਾਈ ਦੇ ਰਿਹਾ ਸੀ ਇੱਥੇ ਬੱਚਿਆਂ ਨੂੰ ਮੈਂ ਪਹਿਲਾਂ ਵੀ ਕਹਿ ਆ ਚੁੱਕਾ ਹਾਂ ਕਿ ਦੋਸਤੋ ਜਿਹੜੇ ਬੱਚੇ 202 2024 ਦੇ ਵਿੱਚ ਸਕਾਲਰਸ਼ਿਪ ਨਹੀਂ ਅਪਲਾਈ ਕਰ पाए ਉਹ ਕਰਨਗੇ ਉਹਨਾਂ ਨੂੰ ਦੁਬਾਰਾ ਤੋਂ ਟਾਈਮ ਦਿੱਤਾ ਗਿਆ ਹੈ ਇੱਕ ਵਾਰ ਤਾਂ ਦੋਸਤੋ ਉਹ ਅਪਲਾਈ ਕਰਨਾ ਸੀਗਾ ਲੇਕਿਨ ਇੱਥੇ ਬੱਚੇ 2024 ਦੀ ਵੀ ਸਕਾਲਰਸ਼ਿਪ ਅਪਲਾਈ ਕਰ ਰਹੇ ਹਨ ਜਿਹੜੇ ਬੱਚੇ ਇੱਥੇ ਨਿਊ ਕਲਾਸਿਸ ਦੇ ਵਿੱਚ ਹਨ ਫਸਟ ইয়ার ਦੇ ਵਿੱਚ ਹਨ ਉਹ ਬੱਚੇ ਵੀ ਇੱਥੇ ਆਪਣਾ ਫ੍ਰੀਸ਼ਿਪ ਕਾਰਡ ਅਪਲਾਈ ਕਰ ਰਹੇ ਹਨ ਦੋਸਤੋ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਹੈ ਕਿ ਤੁਸੀਂ ਵੇਟ ਕਰੋ ਬੱਚੇ ਨਵੇਂ ਜਿਹੜੇ ਹਨ ਉਹ ਵੇਟ ਕਰਨ ਦੋਸਤੋ ਤੁਹਾਡਾ ਫਾਰਮ ਗਲਤ ਨਾ ਹੋ ਜਾਵੇ ਤੁਸੀਂ ਸਾਰੇ ਵਿਦਿਆਰਥੀ ਜਿਹੜੇ ਬੱਚਿਆਂ ਨੇ 2024 ਦਾ 25 ਦਾ ਸਕਾਲਰ ਸਕਿਪ ਅਪਲਾਈ ਕਰਨਾ ਹੈ ਉਹ ਬੱਚੇ ਇੱਥੇ ਵੇਟ ਕਰਨ ਦੋਸਤੋ ਜਿਹੜੇ 2023 24 ਦੇ ਸਟੂਡੈਂਟ ਹਨ ਉਹ ਸਕਾਲਰਸ਼ਿਪ ਨੂੰ ਇੱਥੇ ਅਪਡੇਟ ਕਰ ਲੈਣ ਆਪਣਾ ਜੇਕਰ ਦੋਸਤੋ ਤੁਹਾਡਾ ਸਕਾਲਰਸ਼ਿਪ ਅਪਲਾਈ ਕੀਤਾ ਨਹੀਂ ਹੋਇਆ ਉਹ ਕਰ ਲੈਣ ਜਿਨ੍ਹਾਂ ਦਾ ਪੈਂਡਿੰਗ ਕੀਤਾ ਹੋਇਆ ਹੈ ਉਹ ਫਾਰਮ ਨੂੰ ਕੰਪਲੀਟ ਕਰ ਲੈਣ ਦੋਸਤੋ ਆਪਣੇ ਫਾਰਮ ਨੂੰ ਆਪਣੇ ਇੰਸਟੀਚਿਊਟ ਦੇ ਵਿੱਚ ਜਮ੍ਹਾਂ ਕਰਾਓ ਜਿਹੜੇ ਬੱਚਿਆਂ ਨੇ 2023-24 ਦੇ ਵਿੱਚ ਨਹੀਂ ਕਰਾਇਆ ਸੀ ਜਿਨ੍ਹਾਂ ਦਾ ਕੰਮ ਪੈਂਡਿੰਗ ਦੇ ਵਿੱਚ ਹੈ ਉਹ ਕੰਪਲੀਟ ਕਰਾਓ ਬਾਕੀ ਬੱਚੇ ਇੱਥੇ ਵੇਟ ਕਰੋ ਦੋਸਤੋ ਹੁਣ ਤੁਹਾਡਾ ਜਲਦ ਹੀ 2024 ਦਾ ਸਕਾਲਰਸ਼ਿਪ ਅਪਲਾਈ ਹੋਣਾ ਸਟਾਰਟ ਹੋ ਜਾਵੇਗਾ ਤੇ ਦੋਸਤੋ ਤੁਹਾਨੂੰ ਦੱਸ ਦਿੱਤਾ ਜਾਵੇਗਾ ਤੇ ਰਹੀ ਗੱਲ ਦੋਸਤੋ ਸਕਾਲਰਸ਼ਿਪ ਦੀ ਬਹੁਤ ਵਿਦਿਆਰਥੀਆਂ ਦਾ ਸਕਾਲਰਸ਼ਿਪ ਆ ਰਿਹਾ ਹੈ ਦੋਸਤੋ ਹਰੇਕ ਦਿਨ ਨੇ ਦੋਸਤੋ ਤੁਹਾਡਾ ਇਹ ਸਕਾਲਰਸ਼ਿਪ ਆਈ ਜਾ ਰਿਹਾ ਹੈ ਵਿਦਿਆਰਥੀ ਆਪਣੇ ਖਾਤੇ ਨੂੰ ਚੈੱਕ ਕਰਦੇ ਰਹਿਣ ਤੁਹਾਡਾ ਸਕਾਲਰਸ਼ਿਪ ਜਿੰਨਾਂ ਦਾ ਨਹੀਂ ਆ ਰਿਹਾ ਉਹਨਾਂ ਦਾ ਵੀ ਆ ਜਾਵੇਗਾ ਜਿਹੜੇ ਬੱਚੇ ਆਧਾਰ ਨੋਟ ਸੀਟ ਤੇ ਵਿੱਚ ਹਨ ਉਹ ਬੱਚੇ ਆਪਣਾ ਆਧਾਰ ਅਪਡੇਟ ਕਰਾ ਲੈਣ ਆਪਣੇ ਆਧਾਰ ਨੂੰ ਡੀਬੀਟੀ ਕਰਵਾ ਲਓ ਆਪਣੇ ਬੈਂਕ ਖਾਤੇ ਦੇ ਨਾਲ ਜਦੋਂ ਵੀ ਤੁਹਾਡਾ ਪੈਸਾ ਆਏਗਾ ਤੁਹਾਡੇ ਖਾਤੇ ਵਿੱਚ ਆ ਜਾਵੇਗਾ ਜਿੰਨਾ ਵਿਦਿਆਰਥੀਆਂ ਦਾ ਸਕਾਲਰਸ਼ਿਪ 2023-24 ਦਾ ਜਾਂ ਫਿਰ 올ਡ ਹੈ ਨਹੀਂ ਆ ਰਿਹਾ ਤਾਂ ਦੋਸਤੋ ਤੁਸੀਂ ਇਸ ਗੱਲ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਦੋਸਤੋ ਜਿਹੜੇ ਸਾਥੀ ਗਲਤੀ ਕਰ ਰਹੇ ਹਨ ਉਹ ਗਲਤੀ ਨਾ ਕਰਨ ਤੇ ਆਪਣੇ ਸਕਾਲਰਸ਼ਿਪ ਨੂੰ ਸਹੀ ਫਿਲਪ ਕਰਨ ਦੋਸਤੋ ਅੱਗੇ ਵੀ ਤੁਹਾਨੂੰ ਆਪ ਸਕਾਲਰਸ਼ਿਪ ਬਾਰੇ ਪੂਰੀ ज्ञान ਦੇ ਨਾਲ ਵੀਡੀਓ ਦੇ ਵਿੱਚ ਤੁਹਾਨੂੰ ਜਾਣਕਾਰੀ ਦੇ ਰਿਹਾ ਹਾਂ ਤੇ ਦੋਸਤੋ ਅੱਗੇ ਵੀ ਦਿੰਦੇ ਜਾਵਾਂਗੇ ਦੋਸਤੋ ਜੇਕਰ ਤੁਸੀਂ ਵੀ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਬੈਲ ਆਈਕਨ ਵੀ ਪ੍ਰੈਸ ਕਰ ਲਿਓ ਤਾਂ ਜੋ ਦੋਸਤੋ ਇਦਾਂ ਦੀ ਕੋਈ ਵੀ ਅਪਡੇਟ ਆਉਂਦੀ ਹੈ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਜਾਵੇ ਜੇ ਵੀਡੀਓ ਚੰਗੀ ਲੱਗੇ ਤਾਂ ਦੋਸਤੋ ਲਾਈਕ ਵੀ ਜਰੂਰ ਕਰਕੇ ਜਾਣਾ ਜੇਕਰ ਦੋਸਤੋ ਤੁਹਾਡਾ ਇਸ ਤੋਂ ਇਲਾਵਾ ਕੋਈ ਹੋਰ ਕਮੈਂਟ ਹੈ ਉਹ ਤੁਸੀਂ ਮੈਨੂੰ ਕਰ ਸਕਦੇ ਹੋ 2024 ਸਕਾਲਰਸ਼ਿਪ ਦੇ ਲਈ ਤੁਸੀਂ ਵੇਟ ਕਰੋ ਤੁਹਾਨੂੰ ਨਵੀਂ ਵੀਡੀਓ ਦੇ ਵਿੱਚ ਦੱਸਿਆ ਜਾਵੇਗਾ ਕਿ ਤੁਸੀਂ ਕਿਵੇਂ ਸਕਾਲਰਸ਼ਿਪ ਅਪਲਾਈ ਕਰਨੀ ਹੈ ਜਿੰਨਾ ਸਾਥੀਆਂ ਨੇ ਨਵਾਂ ਕਿਹੜੇ ਤੇ ਕਾ ਸਰਟੀਫିକੇਟ ਨਹੀਂ ਬਣਾਇਆ ਉਹ ਬਣਾ ਲੈਣ ਜਿਨ੍ਹਾਂ ਨੇ 2023-24 ਦੀ ਸਕਾਲਰਸ਼ਿਪ ਅਪਲਾਈ ਕੀਤੀ ਹੈ ਜਿਨ੍ਹਾਂ ਨੇ ਹੁਣ ਅਪਡੇਟ ਕਰਨੀ ਹੈ ਉਹ ਦੋਸਤੋ ਨਾ ਬਣਾਣ ਜਿਨ੍ਹਾਂ ਨੇ ਨਵਾਂ ਅਪਲਾਈ ਕਰਨਾ ਹੈ ਉਹ ਦੋਸਤੋ ਜਰੂਰ ਬਣਵਾ ਲੈਣ ਤਾਂ ਅਗਲੀ ਵੀਡੀਓ ਦੇ ਵਿੱਚ ਆਪਾਂ ਫਿਰ ਹਾਜ਼ਰ ਹੋਵਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਇੰਨਾ ਹੀ ਜੈ ਹਿੰਦ ਦੋਸਤੋ